ਆ ਦੇਖੋ ਕੀ ਹੋ ਗਿਆ, ਘਰ ਦੇ ਬਾਹਰੋਂ ਲੱਖਾਂ ਦੇ ਨਾਲ ਭਰੀ ਹੋਈ ਐਕਟਿਵਾ ਖੋ ਕੇ ਲੈ ਗਏ ਨੇ ਬਦਮਾਸ਼। ਪਹਿਲਾਂ ਸਿਰ 'ਚ ਕਾਪਾ ਮਾਰਿਆ, ਫਿਰ ਜੋ ਕੀਤਾ ਉਹ ਸੀਸੀਟੀਵੀ 'ਚ ਗੌਰ ਦੇ ਨਾਲ ਦੇਖੋ। ਤਿੰਨ ਬਦਮਾਸ਼ ਇੱਕ ਸ਼ਖਸ ਦਾ, ਇੱਕ ਦੁਕਾਨਦਾਰ ਦਾ ਪਿੱਛਾ ਕਰ ਰਹੇ ਹੁੰਦੇ ਨੇ ਦੁਕਾਨ ਤੋਂ। ਸ਼ਖਸ ਦੁਕਾਨ ਵਧਾ ਕੇ ਆਪਣੀ ਘਰ ਵਾਪਸ ਆਉਂਦਾ ਏ। ਉਸ ਦੀ ਡਿੱਕੀ ਦੇ ਅੰਦਰ 5 ਤੋਂ 6 ਲੱਖ ਰੁਪਏ ਹੁੰਦੇ ਨੇ, ਜੋ ਕਿ ਉਸਨੇ ਅਗਲੇ ਦਿਨ ਕਿਸੇ ਵਪਾਰੀ ਨੂੰ ਦੇਣੇ ਹੁੰਦੇ ਨੇ। ਉਹ ਲੈ ਕੇ ਡਿੱਕੀ ਦੇ ਵਿੱਚ, ਐਕਟਿਵਾ ਦੇ ਵਿੱਚ 5 ਤੋਂ 6 ਲੱਖ ਰੁਪਏ ਰੱਖ ਕੇ ਘਰ ਆ ਜਾਂਦਾ ਏ। ਉਸਨੂੰ ਨਹੀਂ ਪਤਾ ਸੀ ਕਿ ਉਸਦਾ ਪਿੱਛਾ ਲੁਟੇਰੇ ਕਰ ਰਹੇ ਨੇ। ਇਹ ਲੁਟੇਰੇ ਜਿਵੇਂ ਹੀ ਉਹ ਘਰ ਦੇ ਬਾਹਰ ਬ੍ਰੇਕ ਮਾਰਦਾ ਹੈ, ਲੁਟੇਰੇ ਪਿੱਛੋਂ ਆ ਕੇ ਸਿੱਧਾ ਕਾਪਾ ਉਸ ਸ਼ਖਸ ਦੀ, ਉਸ ਦੁਕਾਨਦਾਰ ਦੀ ਸਿਰ ਦੇ ਵਿੱਚ ਮਾਰਦੇ ਨੇ, ਜਿਸ ਕਰਕੇ ਥੋੜ੍ਹਾ ਜਿਹਾ ਹਿੱਲ ਜਾਂਦਾ ਇਹ ਦੁਕਾਨਦਾਰ, ਥੋੜ੍ਹਾ ਜਿਹਾ ਉਸਨੂੰ ਹੈਰਾਨ ਹੋ ਜਾਂਦਾ ਇੱਕਦਮ। ਨਾਲ ਦੀ ਨਾਲ ਉਹ ਐਕਟਿਵਾ ਛੱਡ ਕੇ ਪਿੱਛੇ ਹੁੰਦਾ ਹੈ। ਜਿੱਦਾਂ ਹੀ ਉਹ ਪਿੱਛੇ ਹੁੰਦਾ ਐਕਟਿਵਾ ਛੱਡ ਕੇ, ਤਾਂ ਦੇਖੋ ਇਹ ਬਦਮਾਸ਼ ਕਿਵੇਂ 9 ਤੋਂ 11 ਹੋ ਜਾਂਦੇ ਨੇ ਉਸਦੀ ਐਕਟਿਵਾ ਲੈ ਕੇ। ਤਾਂ ਇਸ ਵੇਲੇ ਦੀ ਵੱਡੀ ਖਬਰ ਹੈ, ਘਰ ਦੇ ਬਾਹਰੋਂ ਐਕਟਿਵਾ ਖੋ ਕੇ ਲੈ ਗਏ ਨੇ ਬਦਮਾਸ਼। ਤਾਂ ਐਕਟਿਵਾ ਦੀ ਡਿੱਗੀ ਦੇ ਵਿੱਚ 5 ਤੋਂ 6 ਲੱਖ ਰੁਪਏ ਸਨ। ਦੁਕਾਨ ਤੋਂ ਘਰ ਆਇਆ ਸੀ ਕਰਿਆਨੇ ਵਾਲਾ, ਦੁਕਾਨ ਤੋਂ ਘਰ ਤੱਕ ਲੁਟੇਰਿਆਂ ਨੇ ਉਸਦਾ ਪਿੱਛਾ ਕੀਤਾ, ਸਿਰ 'ਚ ਕਾਪਾ ਮਾਰਿਆ ਅਤੇ ਘਰ ਦੇ ਬਾਹਰੋਂ ਐਕਟਿਵਾ ਖੋ ਕੇ ਲੈ ਗਏ ਨੇ। ਰਾਤ ਕਰੀਬ 8 ਵਜੇ ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ। ਹਾਲਾਂਕਿ ਇੰਨੀ ਰਾਤ ਨਹੀਂ ਹੋਈ ਸੀ, ਗਲੀ ਦੇ ਵਿੱਚ ਆਵਾਜਾਈ ਲੱਗੀ ਹੋਈ ਸੀ, ਬਾਹਰ ਮੇਨ ਸੜਕ ਹੈ, ਫਿਰ ਵੀ ਇਹਨਾਂ ਲੁਟੇਰਿਆਂ ਦੇ ਮਨਾਂ 'ਚ ਬਿਲਕੁਲ ਖੌਫ ਨਹੀਂ ਹੈ। ਦੇਖੋ ਕਿਵੇਂ ਘਰ ਦੇ ਬਾਹਰੋਂ ਐਕਟਿਵਾ ਖੋ ਕੇ ਲੈ ਗਏ ਨੇ ਤਿੰਨ ਬਦਮਾਸ਼। ਹੱਥ ਦੇ ਵਿੱਚ ਇਹਨਾਂ ਦੇ ਕਾਪਾ ਫੜਿਆ ਹੋਇਆ ਸੀ, ਮੂੰਹ ਤਿੰਨਾਂ ਨੇ ਢੱਕੇ ਹੋਏ ਸੀ ਚਿੱਟੇ ਕੱਪੜੇ ਦੇ ਨਾਲ, ਅਤੇ ਇਸ ਦੁਕਾਨਦਾਰ ਦਾ ਪਿੱਛਾ ਕਰਦੇ ਆ ਰਹੇ ਸੀ ਇਹ ਤਿੰਨ ਲੁਟੇਰੇ। ਤਾਂ ਧਿਆਨ ਨਾਲ ਦੇਖੋ ਇਹ ਤਸਵੀਰਾਂ, ਤਾਂ ਦੁਕਾਨਦਾਰ ਤੋਂ ਜਾਣਦੇ ਹਾਂ ਕਿ ਆਖਿਰਕਾਰ ਉਸਦੇ ਕੋਲ ਪਹਿਲੀ ਗੱਲ ਤਾਂ ਇੰਨੇ ਪੈਸੇ ਕਰ ਕੀ ਰਹੇ ਸੀ ਅਤੇ ਕਿੱਥੋਂ ਆਏ ਸੀ ਉਹ ਪੈਸੇ, ਅਤੇ ਉਸਨੂੰ ਕਿਸ 'ਤੇ ਸ਼ੱਕ ਹੈ, ਆਓ ਜਾਣਦੇ। ਮੇਰੀ ਜੀ ਗੁਨਾਨਾ ਮਾਰਕੀਟ 'ਚ ਕਰਿਆਨੇ ਦੀ ਦੁਕਾਨ ਹੈ, ਅਤੇ ਮੈਂ ਤਕਰੀਬਨ 8 ਵਜੇ ਉੱਥੇ ਦੁਕਾਨ ਵਧਾ ਕੇ ਆਪਦੀ ਜਿਵੇਂ ਅੱਗੇ ਆਉਂਦਾ ਘਰ ਉਵੇਂ ਘਰ ਆਇਆ ਸੀਗਾ, ਅਤੇ ਮੈਂ ਆਪਦੀ ਦੁਕਾਨ ਤੋਂ ਵੀ ਹੁਣ ਇਕੱਠੀ ਕਰਕੇ ਅਤੇ ਐਕਟਿਵਾ ਦੀ ਡਿੱਗੀ 'ਚ ਪਾ ਕੇ ਅਤੇ ਇੱਥੇ ਪਹੁੰਚਿਆ ਘਰ ਆਪਦੇ, ਅਤੇ ਮੇਰੇ ਪਿੱਛੇ ਸਿਰ 'ਚ ਕਿਸੇ ਨੇ ਮੇਰੇ ਦਾਹ ਮਾਰਿਆ, ਅਤੇ ਦਾਹ ਮਾਰ ਕੇ ਮੇਰੇ ਕੋਲ ਮੇਰੀ ਐਕਟਿਵਾ ਡਿੱਗ ਪਈ ਮੇਰੇ ਕੋਲ ਉੱਥੇ, ਅਤੇ ਮੇਰੀ ਐਕਟਿਵਾ ਲੈ ਕੇ ਉਹ ਚਲੇ ਗਏ। ਕੈਸ਼ ਐਕਟਿਵਾ 'ਚ ਸੀਗਾ? ਹਾਂਜੀ, ਡਿੱਗੇ 'ਚ ਕੈਸ਼ ਸੀਗਾ ਜੀ। ਕਿੰਨਾ ਕੈਸ਼ ਸੀਗਾ? ਕੈਸ਼ ਕੋਈ 5 ਤੋਂ ਲੈ ਕੇ ਅਤੇ 6 ਲੱਖ 40 ਹੋਊਗਾ ਜੀ। ਨਹੀਂ, ਉਹਨਾਂ ਤਿੰਨਾਂ ਦੇ ਮੂੰਹ ਬੰਨੇ ਹੋਏ ਸੀਗੇ, ਤਿੰਨਿਆਂ ਨੇ ਸੀਗੇ ਮੋਟਰਸਾਈਕਲ 'ਤੇ। ਮੇਰੇ ਉਹਨਾਂ ਸਿਰ 'ਤੇ ਉਹਨਾਂ ਨੇ ਇੱਥੇ ਤਾਹ ਮਾਰਿਆ ਜੀ। ਐਕਟਿਵਾ ਮੇਰੇ ਨਾਲ ਲੈ ਗਏ। ਕੋਈ ਸੀਸੀਟੀਵੀ ਵੀ ਹੈ? ਹਾਂ, ਕੈਮਰੇ 'ਚ ਫੋਟੋ ਆ ਗਈ, ਉਹਨਾਂ ਨੇ ਸਰ ਤਿੰਨੇ ਬੰਨੇ ਹੋਏ ਮੂੰਹ ਜੀ ਉਹਨਾਂ ਦੇ। ਕੋਈ ਇੱਥੋਂ ਦੁਕਾਨ ਬੰਦ ਕਰਕੇ ਆਪਦੇ ਘਰ ਨੂੰ ਜਾ ਰਹੇ ਸੀਗੇ, ਰਾਤ ਦਾ ਬਾਕੀ ਜਦੋਂ ਇਹ ਘਰ ਦੇ ਨੇੜੇ ਪਹੁੰਚਿਆ, ਤਿੰਨ ਨਕਾਬਪੋਸ਼ ਇਹਨਾਂ ਦੇ ਮਗਰ ਮੋਟਰਸਾਈਕਲ 'ਤੇ ਆਏ ਆ, ਜਿਹੜਾ ਇਹਦੇ ਸਿਰ ਦੇ ਵਿੱਚ ਵੀ ਕਾਪਾ ਮਾਰਿਆ, ਇਹਦੀ ਸਕੂਟਰੀ ਜਿਹੜੀ ਐਕਟਿਵਾ ਨੂੰ ਖੋ ਕੇ ਨਾਲ ਹੀ ਉੱਥੋਂ ਉਹ ਭੱਜਣ 'ਚ ਸਫਲ ਹੋ ਗਏ ਆ, ਜਿਹਦੇ ਵਿੱਚ ਇਹਦਾ ਕੈਸ਼ ਵੀ 5-6 ਲੱਖ ਇਹਨੇ ਦੱਸਿਆ ਆਪਦੇ ਬਿਆਨਾਂ ਦੇ ਵਿੱਚ ਵੀ ਸੀਗਾ। ਇਹਦੇ ਵਿੱਚ ਅਸੀਂ ਪੜਤਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪਰਚਾ ਦਰਜ ਕਰ ਲਿਆ, ਜਲਦੀ ਇਹਨਾਂ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਣ। ਕੈਸ਼ ਕਿੰਨਾ ਸੀਗਾ ਜੀ? ਇਹ 5-6 ਲੱਖ ਰੁਪਇਆ ਕਹਿ ਰਿਹਾ, ਕਿਉਂਕਿ ਹਲੇ ਗਿਣਤੀ ਇਹਨੇ ਕਰਨੀ ਸੀਗੀ, ਪਰ ਉਹਦੇ ਵਿੱਚ ਜਿਹੜੀ ਆ ਅਸੀਂ ਮੁਕੱਦਮਾ ਦਰਜ ਕਰ ਲਿਆ ਜੀ। ਇਹ ਐਕਟਿਵਾ ਦੇ ਵਿੱਚ ਹੀ, ਹਾਂ, ਡਿੱਗੀ ਦੇ ਵਿੱਚ ਰੱਖਿਆ ਹੋਇਆ ਸੀਗਾ, ਇਹਦੇ ਮਦੇਈ ਦੇ ਦੱਸਣ ਮੁਤਾਬਕ। ਐਕਟਿਵਾ ਲੈ ਕੇ ਨਾਲ? ਐਕਟਿਵਾ ਨਾਲ ਲੈ ਕੇ।